ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੇ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਨੂੰ ਲੈ ਕੇ ਰਾਕੇਸ਼ ਟਿਕਟ ਦੇ ਵੱਲੋਂ ਆਇਆ ਇਹ ਵੱਡਾ ਬਿਆਨ ਤਾਜ਼ਾ ਵੱਡੀ ਖਬਰ ਆ ਸੋ ਵੀਡੀਓ ਨੂੰ ਅੰਤ ਤੱਕ ਦੇਖਿਓ ਦੋਸਤੋ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਨੂੰ ਲੈ ਕੇ ਰਕੇਸ਼ ਟਿਕਾੜ ਦੇ ਵੱਲੋਂ ਇੱਕ ਵੱਡਾ ਬਿਆਨ ਸਾਹਮਣੇ ਆਇਆ ਚੰਡੀਗੜ੍ਹ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਤੀਜੇ ਆਬੇ ਸਿੰਘ ਜ਼ੰਦੂ ਦੇ ਭੋਗ ਪਾਇਆ ਗਿਆ ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖਾਗੁਰ ਰਕੇਸ਼ ਟਿਕਾੜ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਕਿਸਾਨਾਂ ਵੱਲੋਂ ਸੰਘਰਸ਼ ਉਸ ਸਮੇਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਵੱਲੋਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਹਨਾਂ ਨੇ ਕਿਹਾ ਜਦੋਂ ਤੱਕ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ MSP ਦੀ ਗਾਰੰਟੀ ਨੂੰ ਯਕੀਨ ਨਹੀਂ ਬਣਾਉਂਦੀ ਉਸ ਸਮੇਂ ਤੱਕ ਕਿਸਾਨ ਮੋਰਚੇ ਤੇ ਬੈਠੇ ਰਹਿਣਗੇ ਪਿੱਛੇ ਨਹੀਂ ਹਟਣਗੇ ਬੇਸ਼ੱਕ ਕਿੰਨਾ ਸਮਾਂ ਉਹਨਾਂ ਨੂੰ ਉੱਥੇ ਬੈਠਣਾ ਪਵੇ ਉਹਨਾਂ ਨੇ ਕਿਹਾ ਸਰਕਾਰ ਕਿਸਾਨਾਂ ਨੂੰ ਬਿਨਾਂ ਵਜ੍ਹਾ ਬਦਨਾਮ ਕਰ ਰਹੀ ਆ ਕਰੋਨਾ ਦੇ ਨਾਮ ਤੇ ਇਸ ਸੰਘਰਸ਼ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਜੋ ਕੇਂਦਰ ਸਰਕਾਰ ਦੇ ਇੱਕ ਸਲਾਹਕਾਰ ਦੇ ਵਜੋਂ ਕੰਮ ਕਰਦੀ ਆ ਉਸ ਵੱਲੋਂ ਕਿਸਾਨਾਂ ਦੇ ਮੋਰਚੇ ਵਿੱਚ ਅੱਜ ਤੱਕ ਟੀਕੇ ਕਰਨ ਦੇ ਲਈ ਕੋਈ ਵੀ ਡਾਕਟਰੀ ਟੀਮ ਨਹੀਂ ਭੇਜੇਗੀ ਨਾ ਹੀ ਕਿਸਾਨਾਂ ਵੱਲੋਂ ਵੈਕਸੀਨ ਦਾ ਵਿਰੋਧ ਕਿੱਤੇ ਕੀਤਾ ਗਿਆ ਉਹਨਾਂ ਨੇ ਕਿਹਾ 26 ਜਨਵਰੀ ਦੀ ਘਟਨਾ ਨੂੰ ਲੈ ਕੇ ਵੀ ਸਰਕਾਰ ਵੱਲੋਂ ਬਿਨਾਂ ਵਜ੍ਹਾ ਕਿਸਾਨਾਂ ਨੂੰ ਬਦਨਾਮ ਕੀਤਾ ਜਾਂਦਾ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਸਭ ਬੇਕਸੂਰ ਹਨ ਕਿਸਾਨਾਂ ਉਹਨਾਂ ਨੇ ਕਿਹਾ ਕਿ ਕਿਸਾਨ ਫਿਰ ਤੋਂ 26 ਜਨਵਰੀ ਦੇ ਵਾਂਗ ਹੀ ਟਰੈਕਟਰ ਮਾਰਚ ਕਰ ਸਕਦੇ ਹਨ ਕਿਉਂਕਿ ਹਰ ਮਹੀਨੇ 26 ਤਰੀਕ ਆਉਂਦੀ ਆ ਮੋਰਚਾ ਕਿਸੇ ਵੀ ਸਮੇਂ ਸਥਿਤੀਆਂ ਦੇ ਅਨੁਸਾਰ ਫੈਸਲਾ ਲੈ ਸਕਦਾ ਉਹਨਾਂ ਨੇ ਕਿਹਾ ਟਰੈਕਟਰ ਤੇ ਭਾਰਤ ਸਰਕਾਰ ਦੇ ਵਿੱਚ ਮੌਜੂਦ ਹਨ ਕਿਤੋਂ ਬਾਹਰੋਂ ਨਹੀਂ ਆਉਂਦੇ ਸੋ ਭਾਰਤ ਦੇ ਵਿੱਚ ਮੌਜੂਦ ਟਰੈਕਟਰ ਹਨ ਇਹਨਾਂ ਨੂੰ ਕਿਸੇ ਸਮੇਂ ਵੀ ਚੱਕ ਕੇ ਅਸੀਂ ਦਿੱਲੀ ਆ ਸਕਦੇ ਹਾਂ ਕਿਉਂਕਿ 26 ਤਰੀਕ ਦਾ ਹਰ ਮਹੀਨੇ ਆਉਂਦੀ ਆ ਸੋ ਪਰਿਸਥਿਤੀਆਂ ਦੇ ਅਨੁਸਾਰ ਅਸੀਂ ਫੈਸਲਾ ਲਵਾਂਗੇ ਧੰਨਵਾਦ